ਸੀਆਈਏ ਸਟਾਫ ਤਰਨਤਾਰਨ ਪੁਲਿਸ ਨੇ ਹਰੀਕੇ ਬਾਈਪਾਸ ਵਿਖੇ ਨਾਕਾਬੰਦੀ ਦੇ ਦੌਰਾਨ ਹਰਪਾਲ ਸਿੰਘ ਉਰਫ ਪਾਲਾ, ਗੁਲਾਲ ਸਿੰਘ, ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਇੱਕ ਪਿਸਤੌਲ 12 ਬੋਰ, 2 ਰੌਂਦ, 32 ਬੋਰ, 2 ਰੌਂਦ ਅਤੇ 10 ਚੋਰੀਸ਼ੁਦਾ ਮੋਟਰਸਾਈਕਲ ਬਰਾਮਦ ਕੀਤੇ ਹਨ। ਆਰੋਪੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹਨਾਂ ਪਾਸੋਂ ਹੋਰ ਬਰਾਮਦਗੀ ਹੋਣ ਦੀ ਸੰਭਾਵਨਾ ਪੁਲਿਸ ਨੇ ਜਤਾਈ ਹੈ। ਏਐਸਆਈ ਚਰਨਜੀਤ ਕੁਮਾਰ, ਸੀਏ ਸਟਾਫ ਨੇ ਨਾਕਾ ਲਾਇਆ ਸੀ ਬਾਈਪਾਸ ਹਰੀਕੇ, ਤਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ, ਹਰਪਾਲ ਸਿੰਘ, ਗੁਲਾਲ ਸਿੰਘ ਅਤੇ ਰਾਜਵੀਰ ਸਿੰਘ ਨੂੰ। ਇਹਨਾਂ ਤੋਂ ਦੌਰਾਨੇ ਪੁੱਛਗਿੱਛ 2 ਦੇਸੀ ਪਿਸਤੌਲ, 1 12 ਬੋਰ ਅਤੇ 1 32 ਬੋਰ ਅਤੇ 10 ਮੋਟਰਸਾਈਕਲ ਚੋਰੀ ਦੇ ਰਿਕਵਰ ਹੋਏ ਹੈ। ਇਹਨਾਂ ਦੇ ਖਿਲਾਫ਼ ਕੇਸ ਰਜਿਸਟਰਡ ਹੋ ਚੁੱਕਾ, ਤਾਂ ਇਹਨਾਂ ਤੋਂ ਬਾਕੀ ਪੁੱਛਗਿੱਛ ਜਾਰੀ ਹੈ। ਹੁਣ ਇਹ ਪੁਲਿਸ ਕੋਲ 2 ਦਿਨ ਦੇ ਰਿਮਾਂਡ 'ਤੇ। ਸਰ ਨੇ ਹਰੀਕੇ ਦੇ ਏਰੀਏ ਦੇ ਵਿੱਚੋਂ ਅਤੇ ਹੋਰ ਸਰਾਊਂਡਿੰਗ ਏਰੀਏ ਦੇ ਵਿੱਚੋਂ ਇਹ ਮੋਟਰਸਾਈਕਲ ਚੋਰੀ ਕੀਤੇ ਹੈ। ਹੁਣ ਤੱਕ ਇਹ 10 ਮੋਟਰਸਾਈਕਲ ਚੋਰੀ ਕਰ ਚੁੱਕੇ ਸੀ ਔਰ 10 ਹੀ ਅਸੀਂ ਰਿਕਵਰ ਕਰ।